बिस्मिल्लाहिर्रहमानिर्रहीम, अस्सलाम वालेकुम। क्या हाल मेरे बहन भाइयों? अल्हम्दुलिल्लाह ठीक है। मैंने कहा तुम ठीक हो, मेरे बारे मेरी वीडियो नाल ना रहना, क्योंकि आज की वीडियो बड़ी मज़ेदार बना ली है। तो मेरे बार अज आ रहे हैं जी साढ़े को मेहमान, पानी वगैरह भी रख दिता, नाल रख दिता गिलास, चारपाइया ही पा दती, और बिछावने दूर दूर सिराने ला दिते। तो जिस टाइम मेहमान आ गए नाल प्यारे भी उन्होंने शेयर कर सकते। जल्दी जल्दी अम्मी नाल खाना तैयार कराने। अम्मी कि चीज़ कटाई कर रहे हो? मैं कटाई कर रही हूँ प्याज। बिस्मिल्लाहिर्रहमानिर्रहीम, अस्सलाम वालेकुम। क्या हाल है मेरे बहन भाइयों? अल्हम्दुलिल्लाह से ठीक हूँ। मैं देखो तुसी ठीक हो सो। मैं आज बना रही हूँ खाना, जल्दी जल्दी नाल खाना तैयार करेने, क्योंकि साढ़े को आ रहे मेहमान, नाल आप दे बहना भिरावा नाल ओई शेयर कर सां। पहले से बना लिए खाना, बाकी तुसी आ जाओ इत्थे चुल्हे ते। आ गए ते मैं भी आ चुका अम्मी कोल। जल्दी जल्दी मेहमाना वास्ते खाना तैयार करने मेरा तुसी। हाँ जी, ते मेरे बार तुसी दुआ करनी मेहमाना नू, अल्लाह खैरी सलामती लाए। ते मैं जल्दी जल्दी लसन छिलाई कर लेना। आज काफ़ी ठंडा दिन बने हुआ है, सुबह नाल दा भी ठंडा दिन है, हवा वगैरह खुली हुई, बड़ा प्यारा प्यारा दिन, बादल वगैरह आए हुए खूबसूरत। ਨਾਲ ਅਸੀਂ ਜਲਾ ਦਿੱਤੀ ਅੱਗ, ਅੱਗ ਕਾਫੀ ਜਲ ਰਹੀ, ਉੱਤੋਂ ਤਾਂ ਹਵਾ ਤਾਂ ਗੁੱਲ ਰਹੀ, ਅੱਗ ਆਉਂਦੀ ਬਾਹਰ ਹਵਾ ਦੀ ਵਜ੍ਹਾ ਤੋਂ। ਅਤੇ ਅੰਮੀ ਤੁਸੀਂ ਮੈਂ ਨਾ ਮੌਸਮ ਥੋੜ੍ਹਾ ਜਿਹਾ ਖਰਾਬ ਬਣੇ ਹੋਏ ਨਾ, ਇਸ ਦੀ ਵਜ੍ਹਾ ਤੋਂ ਹਵਾ ਚਲਦੀ ਪਈ, ਨਾਲ ਬਾਦਲ ਵੀ ਆਏ ਹੋਏ ਠੰਡੇ ਠੰਡੇ। ਅਤੇ ਮੈਂ ਨਾ ਅੱਗ ਜਾ ਰਹੀ ਹੈ, ਤੁਸੀਂ ਕਰ ਲਓ ਆਪਣੇ। ਜਾ ਰਹੀ ਮੈਂ, ਪਹਿਲੇ ਮਸਾਲਾ ਤਿਆਰ ਕਰ ਲਵਾਂ। ਹਾਂਜੀ, ਪਿਆਜ਼ ਜਿਹੜਾ ਨਾ ਕਟਾਈ ਹੋ ਚੁੱਕੇ, ਮੈਂ ਨਾਲ ਹੁਣ ਕਟਾਈ ਕਰ ਰਹੀ ਹਾਂ ਹਰੀਆਂ ਮਿਰਚਾਂ, ਅਤੇ ਜਲਦੀ ਨਾਲ ਮਸਾਲਾ ਵੀ ਤਿਆਰ ਕਰ ਲੈਂਦੇ ਹਾਂ। ਬੱਗੀ ਨਾਲ ਕਰ ਰਿਹਾ ਆਪਣਾ ਕੰਮ, ਅਤੇ ਮੈਂ ਕਰ ਰਹੀ ਹਾਂ ਆਪਣਾ, ਅਤੇ ਨਾਲ ਨਾਲ ਜਲਦੀ ਜਲਦੀ ਖਾਣਾ ਤਿਆਰ ਕਰਨੇ ਹਾਂ, ਅਤੇ ਸਾਡੇ ਕੋਲ ਆਉਣ ਵਾਲੇ ਮਹਿਮਾਨ ਪਹੁੰਚਣ ਵਾਲੇ। ਅਤੇ ਮੇਰਾ ਤੁਸੀਂ ਵੇਖ ਰਹੇ ਹੋ ਲਸਣ ਮੈਂ ਛਿਲਾਈ ਕਰ ਦਿੱਤਾ, ਅਤੇ ਹੁਣ ਮੈਂ ਕਰ ਲੈਂਦਾ ਥੋੜ੍ਹੀ ਬਾਤੀਆਂ ਧਣੀਆਂ ਸਾਫ਼, ਖੁਸ਼ਕ ਦਣੀਆਂ ਉਂਝ ਤਾਂ ਵੈਸੇ ਸਾਫ਼ ਹੈ, ਇਹਨਾਂ ਨੂੰ ਲੈਂਦੇ ਹਾਂ ਦੌਰੀ ਛੋਟੇ ਜੀ ਕੁੱਟ। ਅੰਮੀ ਮੈਂ ਕੁਟਾਈ ਕਰਾਂ? ਸਾਫ਼ ਕਰ ਲਓ ਨਾ ਦਣੀਆਂ, ਕਰ ਲੈਂਦੇ ਹਾਂ ਨਾ, ਇਹ ਸਿਰਫ ਥੋੜ੍ਹੀ ਜਿਹੀ ਅੰਮੀ ਹੋਰੀ ਆਉਂਦੇ ਨੇ ਬੇ ਦੇ ਵਿੱਚ, ਤਲੀ ਤਲੀ ਮਾਰ ਲਓ ਬਈ, ਸਾਫ਼ ਹੋਵੇ ਇੱਥੇ ਡੰਦਰੀਆਂ ਵਗੈਰਾ ਲਾ ਜਾਸਣ। ਕਟਾਈ ਹੋ ਗਈ, ਮੈਂ ਨਾ ਰੱਖ ਦਿੰਦੀ ਹਾਂ ਕੜਾਈ। ਨਾਲ ਮੈਂ ਧਣੀਆਂ ਸਾਫ਼ ਖੁਸ਼ਕ ਕਰ ਲਈਆਂ, ਹੁਣ ਇਹਨਾਂ ਨੂੰ ਪਾ ਦਿੰਦਾ ਡੋਰੀ ਸੋਟੇ ਦੇ ਵਿੱਚ, ਔਰ ਅੱਛੀ ਤਰ੍ਹਾਂ ਲੈਂਦੇ ਹਾਂ ਜੀ ਕੁਟਾਈ ਕਰ। ਨਾਲ ਹੀ ਹੈ ਜੀ ਲਸਣ,
ਕਿਉਂ ਜਾਂ ਸੀ ਮੈਂ ਨਾਲ ਕਟਾਈ ਹੁਣ ਕਰ ਦਿੰਦੀ ਹਾਂ ਟਮਾਟਰ। ਯਾਰ ਤੇ ਹਰੀਆਂ ਮਿਰਚਾਂ ਟਮਾਟਰ ਜਿਹੜਾ ਫਰਾਈ ਹੋਏ ਖਲਣ ਮੈਂ ਪਾ ਦਿੰਦੀ ਹਾਂ ਵਿੱਚ ਖੁਸ਼ਕ ਧਨੀਆ ਅਤੇ ਲਸਣ। ਖੁਸ਼ਕ ਧਨੀਆ ਲਸਣ ਪਾ ਦਿੱਤਾ, ਨਾਲ ਵੀ ਮੈਂ ਪਾ ਦਿੰਦੀ ਹਾਂ ਹਲਦੀ। ਨਾਲ ਪਾ ਦਿੰਦੇ ਹਾਂ ਰਤੀਆਂ ਮਿਰਚਾਂ। ਥੋੜ੍ਹਾ ਜਿਹਾ ਪਾ ਦਿੰਦੇ ਪਾਣੀ ਮਸਾਲਾ ਜਿਹੜਾ ਅੱਛੀ ਰੇਤ ਫਰਾਈ ਹੋ ਜਾਸੀ। ਨਮਕ ਜਿਹੜਾ ਮੈਂ ਹੁਣ ਪਾਉਣਾ ਬਾਅਦ ਚਿਕਨ ਜਿਹੜਾ ਅੱਛੀ ਰੀਤ ਬੁਨਾਈ ਹੋ ਚੁੱਕਾ, ਮੈਂ ਹੁਣ ਪਾ ਦਿੰਦੀ ਹਾਂ ਚਾਵਲਾਂ ਵਾਲ ਚਾਵਲਾਂ 'ਚ ਪਾਣੀ ਚਾਵਲਾਂ ਵਾਲਾ। ਦਊਂਗਾ ਸਾਡਾ ਅੱਧੇ ਕਿਲੋ ਦਾ ਪਾਣੀ ਮੈਂ ਪਾ ਦਿੱਤਾ ਅਤੇ ਹੁਣ ਅੱਛੀ ਰੀਤ ਹਿਲਾ ਦਿੰਦੇ ਹਾਂ ਇਹਨੂੰ ਕਰ ਦਿੰਦੇ ਹਾਂ ਬੰਦ। ਜਿਸ ਟਾਈਮ ਪਾਣੀ ਉੱਬਲ ਗਿਆ ਉਸ ਟਾਈਮ ਪਾ ਦੀ ਸਾਰੇ ਨਾਲ ਚਾਵਲ ਅਤੇ ਮੈਂ ਨਾਲ ਰਾਇਤਾ ਤਿਆਰ ਕਰ ਲੈਂਦੀ ਹਾਂ। ਨਾਲ ਬੱਗੀ ਦਾ ਕੰਮ ਕਰ ਚੈੱਕ ਕਰੋ ਜਲਦੀ ਜਲਦੀ ਨਾਲ ਪਲੇਟਾਂ ਵੀ ਧੋ ਕੇ ਰੱਖ ਦਿੱਤੀਆਂ ਸੂ ਅਤੇ ਚਮਚੀਆਂ ਵੀ। ਇਹ ਪਲੇਟਾਂ ਤਾਂ ਤਿੰਨ ਨੇ, ਤਰਾ ਦੂਈਆਂ ਵੀ ਲਾਇਆ ਉਹਨਾਂ। ਮੈਂ ਆਟਾ ਵੀ ਗੁੰਨਣਾ, ਦੋ ਤਿੰਨ ਰੋਟੀਆਂ ਵੀ ਪੰਜ ਛੇ ਪਕਾਉਣੀਆਂ। ਹਾਂਜੀ, ਅਤੇ ਜਿਹਨੂੰ ਤਬਾ ਹੋਈ ਰੋਟੀ ਦੀ ਕੋਈ ਚਾਵਲ ਨਹੀਂ ਵੀ ਖਾਂਦਾ ਅਤੇ ਨਾਲ ਸਾਲਾਂ ਰੋਟੀ ਹੋਣੀ ਚਾਹੀਦੀ। ਪਾਣੀ ਜਿਹੜਾ ਮਾਸ਼ਾਅੱਲਾ ਕਾਫੀ ਉਬਲਦਾ ਪਿਆ ਅਤੇ ਮੈਂ ਪਾ ਦਿੰਦੀ ਹਾਂ ਚਾਵਲ। ਚਾਵਲ ਮੈਂ ਪਾ ਦਿੱਤੇ ਹੁਣ ਇਹਨਾਂ ਨੂੰ ਕਰ ਦਿੰਦੇ ਹਾਂ ਮਿਕਸ। ਅਲਹਮਦੁਲਿਲਾ ਸਾਡੇ ਜਿਹੜਾ ਮਹਿਮਾਨ ਪਹੁੰਚਿਆ ਹੈ।
ਅਸਲਾਮ ਵਾਲੇਕਮ ਪਿਆਰੀ ਯੂਟਿਊਬ ਫੈਮਿਲੀ, ਕੀ ਹਾਲ ਹੈ? ਠੀਕ ਹੋ? ਤਬੀਅਤ ਸੀ ਹੈ? ਠੀਕ ਹੈ, ਉਮੀਦ ਹੈ ਕਿ ਤੁਸੀਂ ਸਭ ਖੈਰ ਖਰੀਅਤ ਨਾਲ ਹੋ ਸੋ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ ਓ ਅਮਾਨ ਵਿੱਚ ਰੱਖੇ। ਔਰ ਅੱਜ ਅਸਾਂ ਮਾਸ਼ਾਅੱਲਾ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਬੱਗੀ ਬਾਈ ਦੇ ਚੈਨਲ 'ਤੇ ਆ ਪਹੁੰਚੇ ਹਾਂ। ਤੋ ਭਾਈ ਹੋਰਾਂ ਦਾ ਮੈਂ ਜਿਤਨਾ ਵੀ ਸ਼ੁਕਰੀਆ ਅਦਾ ਕਰਾਂ ਉਤਨਾ ਕੰਮ ਹੈ। ਇੱਕ ਮੈਂ ਨਾਦਾਨ ਸਮਝ ਲਓ ਜਾਂ ਜੋ ਕੁਛ ਮਰਜ਼ੀ ਸਮਝ ਲਓ, ਮੈਂ ਇਹਨਾਂ ਭਾਈ ਹੋਰਾਂ ਕੋਲੋਂ ਟਾਈਮ ਮੰਗਿਆ ਔਰ ਇਹਨਾਂ ਮੈਨੂੰ ਟਾਈਮ ਦੇ ਦਿੱਤਾ। ਇਹਨਾਂ ਆਖਿਆ ਭਾਈ ਜਿਸ ਟਾਈਮ ਤੁਹਾਡਾ ਦਿਲ ਚਾਹੇ ਤੁਸੀਂ ਆ ਜਾਓ। ਆਮੀਨ। ਤੋ ਮੇਰੇ ਕੋਲ ਅਲਫਾਜ਼ ਨਹੀਂ ਹਨ ਕਿ ਮੈਂ ਇਸ ਭਾਈ ਦਾ ਕਿਸ ਤਰ੍ਹਾਂ ਸ਼ੁਕਰੀਆ ਅਦਾ ਕਰਾਂ। ਅਤੇ ਨਾਲ ਆਂਟੀ ਹੋਰੀ ਵੀ ਪਹੁੰਚ ਚੁੱਕੇ ਨੇ ਔਰ ਨਾਲ ਛੋਟੀ ਬੱਚੀ ਵੀ ਪਹੁੰਚ ਚੁੱਕੀ ਅਤੇ ਔਰ ਆ ਚੁੱਕੇ ਨੇ ਸਾਡੇ ਮਹਿਮਾਨ। ਖੈਰੀ ਸਲਾਮਤੀ ਪਹੁੰਚ ਤਾਂ ਆਇਓ, ਅਲਹਮਦੁਲਿਲਾ। ਕੋਈ ਰਸਤੇ 'ਚ ਗੜਬੜ ਤਾਂ ਨਹੀਂ ਬਣੀ? ਰਸਤੇ ਕੋਈ ਗੜਬੜ ਨਹੀਂ ਬਣੀ, ਇੱਥੇ ਆ ਕੇ ਅਸੀਂ ਰਸਤਾ ਬੋਲ ਰਹੇ। ਹਾਂਜੀ, ਇੱਥੇ ਆ ਕੇ ਤੁਸੀਂ ਉਂਝ ਵੈਸੇ ਪਿੱਛੋਂ ਸਹੀ ਆ ਰਹੇ ਜੀ, ਅਲਹਮਦੁਲਿਲਾ, ਬਿਲਕੁਲ ਆ। ਹਾਂਜੀ, ਬਿਹਤਰ ਆ ਰਿਹਾ ਸੀ। ਇਹ ਤੁਸੀਂ ਕੀ ਤਕੱਲਫ ਕੀਤਾ ਭਾਈ? ਅਤੇ ਇਹ ਚਾਚੂ ਰੱਬ ਦੀਆਂ ਮਹਿਮਾਨ ਜਿਹੜੇ ਹੁੰਦੇ ਨੇ, ਰੱਬ ਦੀਆਂ ਰਹਿਮਤ ਹੁੰਦੇ ਨੇ, ਜਿਹੜੇ ਉਹ ਖਾ ਜਾਵੇ ਤਾਂ ਆਪਣੀ ਕਿਸਮਤ ਲਾਇ ਕੇ ਆਉਂਦੇ ਨੇ। ਅਤੇ ਮੇਰੇ ਵਾਰ ਇਹ ਅਸੀਂ ਆਨੰਦ ਵਾਸਤੇ ਖਾਣਾ ਪਕਾਇਆ ਔਰ ਰਲ ਕੇ ਖਸਾਂ ਹੈ, ਪਿਸਾਂ ਹੈ, ਸਾਰੇ ਜਿਹੜੇ ਖਾਣਾ ਵੀ ਅਸੀਂ ਤਿਆਰ ਕਰ ਲਿਆ, ਚਾਵਲ ਤਿਆਰ ਹੋਏ ਖਲੈਣ, ਨਾਲ ਰੋਟੀਆਂ ਤਿਆਰ ਕਰਸਾਂ, ਰਲ ਕੇ ਆਪ ਗੱਪਾਂ ਹੀ ਮਰਸਾਂ ਹੈ, ਨਾਲ ਖਸਾਂ ਪਿਸਾਂ ਵੀ। ਹਾਂਜੀ, ਬਾਰਿਸ਼ ਜਿਹੜੀਆਂ ਸਾਡੇ ਕੋਲ ਸ਼ੁਰੂ ਹੋ ਰਹੀ ਹੈ ਔਰ ਆਂਟੀ ਤੇ ਅੰਮੀ ਪਕਾ ਰਹੇ ਹਨ ਰੋਟੀਆਂ, ਦੋ ਰੋਟੀਆਂ ਪੱਕੀਆਂ ਤੇ ਬਾਰਿਸ਼ ਸ਼ੁਰੂ। ਤੇ ਮੈਂ ਜਿਹੜੀਆਂ ਦੋ ਰੋਟੀਆਂ ਨਹੀਂ ਬਣੀਆਂ ਕਿਉਂਕਿ ਚਾਵਲ ਹੀ ਪਹਿਲੇ ਸੀ ਤਿਆਰ ਕਰ ਰਹੇ ਹਨ, ਰਾਇਤਾ ਵੀ ਨਾਲ ਸਲਾਦ ਵੀ ਤੇ ਰੋਟੀਆਂ ਵੀ ਮਾਸ਼ਾਅੱਲਾ ਤਿਆਰ ਕਰ ਰਹੇ ਹਾਂ ਬਾਰਿਸ਼ ਦੇ ਵਿੱਚ। ਕਿਚਨ ਵਿੱਚ ਚੁੱਲ੍ਹਾ ਤਾਂ ਹਾਈ, ਅਸੀਂ ਬਾਹਰ ਹੀ ਬਾਲੀ ਹੋਈ ਇਹਨਾਂ ਤਾਂ ਪਾਰੋਂ, ਅਸੀਂ ਹੁਣ ਨਹੀਂ ਅੰਦਰ ਜਾ ਸਕਦੇ ਅੰਦਰ ਵਾਲੇ ਚੁੱਲ੍ਹੇ 'ਤੇ। ਹਾਂਜੀ, ਅਤੇ ਤੁਸੀਂ ਵੇਖ ਰਹੇ ਹੋ ਨਾਲ ਲਿਹੇ ਜੀ ਸਲਾਦ, ਅਤੇ ਕਾਫੀ ਬਾਰਿਸ਼ ਸ਼ੁਰੂ ਹੋ ਰਹੀ, ਜਲਦੀ ਜਲਦੀ ਸਲਾਦ ਨੂੰ ਰੱਖਦੇ ਹਾਂ ਜੀ ਅੰਦਰ, ਅਤੇ ਔਰ ਅੰਮੀ ਚਾਵਲ ਵੀ ਲਈ ਬੈਠੀ ਹੈ ਅਤੇ ਔਰ ਸਾਲਣ ਵੀ, ਅਤੇ ਇਹਨੂੰ ਸਲਾਦ ਨੂੰ ਰੱਖ ਦਿੰਦੇ ਹਾਂ ਅੰਮੀ ਅੰਦਰ। ਅੰਮੀ ਕਾਫੀ ਬਾਰਿਸ਼ ਸ਼ੁਰੂ ਹੋ ਗਈ ਨੇ। ਹਾਂਜੀ, ਰੱਖੋ ਅਸੀਂ ਜਿਹੜਾ ਅਸੀਂ ਪੋਚਾ ਮਾਰਿਆ, ਇਹਨਾਂ ਪੋਚੇ 'ਤੇ ਤੁਹਾਨੂੰ ਸਭ ਮਲੂਮ ਹੋ ਰਿਹਾ ਸੀ, ਹੁਣ ਵੇ ਕਣੀਆਂ ਡਿਗਰੀਆਂ ਪਈਆਂ ਅਤੇ ਔਰ ਕਾਫੀ ਖੂਬਸੂਰਤ ਨਹੀਂ ਲੱਗ ਰਹੀ ਜਿਹੜੀ ਸਾਡੀ ਮਿਹਨਤ, ਇਹ ਧੋ ਪਜਾਉਣੀ ਸਾਰੀ ਦੁਬਾਰਾ, ਇਹਦਾ ਮੋੜ ਪੋਚਾ ਕਰਨਾ ਸੀ ਕੁਝ ਜਾਂਦਾ, ਜਿਹੜੀ ਬਾਰਿਸ਼ ਜਿੰਨਾ ਇਹ ਰੱਬ ਦੀ ਰਹਿਮਤ ਹੁੰਦੀ ਹੈ। ਅਤੇ ਤੁਸੀਂ ਵੇਖ ਰਹੇ ਸੋ ਉੱਤੋਂ ਕਾਫੀ ਕਿੱਕਰ ਵੀ ਹਵਾ ਨਾਲ ਕਾਫੀ ਹਲਦਾ ਕਰਦੀ ਹੈ। ਜਲਦੀ ਜਲਦੀ ਰੋਟੀਆਂ ਪਕਾ ਕੇ ਵਿੱਚ ਜੀ ਤੋ ਅਲਹਮਦੁਲਿਲਾ, ਜਿਹੜਾ ਨਾ ਖਾਣਾ ਹੋ ਚੁੱਕਾ ਸਾਡਾ ਮੁਕੰਮਲ ਤਿਆਰ, ਜਿਸ ਭੈਣ ਭਾਈ ਖਾਣਾ ਖਾਵਣਾ ਹੈ ਆਓ ਸਤ ਬਿਸਮਿਲਾ, ਤੁਸੀਂ ਵੀ ਖਾਓ, ਅਸੀਂ ਤਾਂ ਰਲ ਮਿਲ ਤੇ ਰਹੇ ਹਾਂ ਜੀ, ਖਾ। ਅਗਰ ਤੁਸੀਂ ਨਹੀਂ ਪਹੁੰਚ ਸਕਦੇ ਤਾਂ ਯਕੀਨਨ ਸਾਡੇ ਮੂੰਹ 'ਚ ਤਾਂ ਪਾਣੀ ਆ ਰਹੀ ਹੈ ਭਾਈ, ਅਸੀਂ ਇਸ ਖਾਣੇ ਨੂੰ ਮਾਫ਼ੀ ਨਹੀਂ ਦੇਵਣ ਵਾਲੇ, ਪਤਾ ਨਹੀਂ ਇਹ ਕਿਸਮਤ ਕਿਤਨਾ ਦੂਰ ਤੱਕ ਸਾਨੂੰ ਛਿੱਕ ਕੇ ਲੈ ਕੇ ਆਈ ਹੈ। ਅਤੇ ਮੇਰੇ ਵਾਰ ਤੁਸੀਂ ਵੇਖ ਰਹੇ ਸੋ ਅੱਜ ਦੇ ਦਿਨ ਦੇ ਵਿੱਚ ਡਬਲ ਡਬਲ ਰਹਿਮਤ ਆ ਚੁੱਕੀ ਹੈ ਅੱਲਾਹ, ਅੱਜ ਦੇ ਦਿਨ ਦੇ ਵਿੱਚ ਡਬਲ ਵੇਖ ਰਹੇ ਸੋ, ਇਧਰਲੀ ਸਾਈਡ 'ਤੇ ਬਾਰਿਸ਼ ਆ ਚੁੱਕੀ, ਇਧਰਲੀ ਸਾਈਡ 'ਤੇ ਆ ਚੁੱਕੇ ਹਨ ਜੀ ਮਹਿਮਾਨ, ਅਤੇ ਔਰ ਖਾਣਾ ਹੋ ਚੁੱਕਾ ਮੁਕੰਮਲ ਤਿਆਰ, ਅਤੇ ਆਓ ਜੀ ਸਾਥ ਬਿਸਮਿਲਾ, ਤੁਸੀਂ ਖਾਓ, ਆਂਟੀ ਖਾਓ, ਅੰਮੀ ਤੁਸੀਂ ਵੀ ਖਾਓ, ਚਾਚੂ ਖਾਓ, ਖਾਵੀਏ, ਖਾਣਾ ਠੰਡਾ ਹੋ ਰਿਹਾ ਹੈ, ਖਾਣੇ ਦੇ ਮਗਰ ਤਾਂ ਕਰੇ ਨੇ, ਖਾਣਾ ਤਾਂ ਖਾਉਣਾ ਪਾਉਂਦਾ, ਅਤੇ ਆਓ ਚਾਚੀ ਖਾਓ ਖਾਣਾ, ਬਿਸਮਿਲਾ।
ਮਾਸ਼ਾਅੱਲਾ ਚਾਵਲ ਬਹੁਤ ਜ਼ਬਰਦਸਤ ਬਣੇ ਨੇ ਔਰ ਇਸ ਜਿਹੜੇ ਸਿਸਟਰ ਸਾਡੀ ਚਾਵਲ ਬਣਾਏ ਮੈਂ 100 ਚੋਂ 100 ਨੰਬਰ ਦੇਸਾਂ ਸਿਸਟਰ ਨੂੰ ਬਹੁਤ ਆਲਾ ਕੁਆਲਿਟੀ ਦੇ ਚਾਵਲ ਬਣਾਏ ਨੇ ਹਾਂਜੀ ਅਲਹਮਦੁਲਿਲਾ ਮੇਰੇ ਵੈਰ ਤੁਸੀਂ ਵੇਖ ਰਹੇ ਸੋ ਪਹਿਲੇ ਹਾਂਜੀ ਮਹਿਮਾਨ ਮਹਿਮਾਨਾਂ ਤੋਂ ਬਾਅਦ 'ਚ ਆਈ ਹੈ ਜੀ ਬਾਰਿਸ਼ ਤੋਂ ਉੱਤੋਂ ਆਈ ਹੈ ਜੀ ਧੁੱਪ ਕੜਕਦਾਰ ਤੁਸੀਂ ਵੇਖ ਰਹੇ ਸੋ ਹੁਣ ਤਾਂ ਲੱਗ ਰਹੀ ਜੀ ਗਰਮੀ ਤਾਂ ਤੁਸੀਂ ਚੈੱਕ ਕਰੋ ਬਾਰਿਸ਼ ਦਾ ਹਜੇ ਤੱਕ ਪਾਣੀ ਖਲਾ ਕਾਫੀ ਇੱਥੇ ਟੋਇਆ ਜਿਹਾ ਭਰਿਆ ਖਲਾ ਇਹ ਨਵੀਂ ਨੀਵੀਂ ਜਗ੍ਹਾ ਹੈ ਨਾ ਇਸ ਵਜ੍ਹਾ ਤੋਂ ਇੱਥੇ ਪਾਣੀ ਖਲੋ ਗਿਆ ਕੁਝ ਪਰਨਾਲਿਆਂ ਦਾ ਹੀ ਕੁਝ ਛੱਤ ਦਾ ਹੈ ਅਤੇ ਔਰ ਚੱਲਣਾ ਅੰਦਰ ਅੰਦਰ ਖਾਣਾ ਵਗੈਰਾ ਖਾਵਣ ਤੋਂ ਬਾਅਦ ਹੁਣ ਹੋ ਚੁੱਕੇ ਵਿਹਲੇ ਕੋਈ ਗੱਪਾਂ ਵਗੈਰਾ ਸੀ ਲਾਈਆਂ ਅਤੇ ਔਰ ਚਾਚੂ ਬਾਈ ਹੋਰਾਂ ਕੋਲੋਂ ਆਹ ਕੇ ਬੰਨ ਹੈ ਔਰ ਗੱਲਾਂ ਗੱਪਾਂ ਮਾਰੀਆਂ ਅਸੀਂ ਅੱਗੇ ਮੇਰੇ ਵਾਰ ਤੁਸੀਂ ਨਾਨੂੰ ਜਿਹੜਾ ਫੁੱਲ ਸਪੋਰਟ ਕਰਨੀ ਜਿਸ ਤਰ੍ਹਾਂ ਮੈਨੂੰ ਫੁੱਲ ਸਪੋਰਟ ਕਰੇ ਤਾਂ ਮੈਨੂੰ ਤੁਹਾਡੇ ਪਿਆਰੇ ਵਿਵਰਾਂ 'ਤੇ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰੇ ਸੋ ਇਹਨਾਂ ਦਾ ਚੈਨਲ ਦਾ ਨਾਂ ਹੈ ਰਮਜ਼ਾਨ ਫੈਮਿਲੀ ਅਤੇ ਇਹਨਾਂ ਨੂੰ ਤੁਸੀਂ ਫੁੱਲ ਸਪੋਰਟ ਕਰਨੀ ਤੁਹਾਨੂੰ ਦੁਬਾਰੇ ਅਸੀਂ ਚੈਨਲ ਦਾ ਨਾਂ ਦੱਸ ਦਿੰਦੇ ਹਾਂ ਔਰ ਅਤੇ ਮੇਰੇ ਇਹਨਾਂ ਦੀ ਕਾਫੀ ਅੱਛੀਆਂ ਅੱਛੀਆਂ ਵੀਡੀਓ ਦੀਆਂ ਔਰ ਬੜੀਆਂ ਪਿਆਰੀਆਂ ਪਿਆਰੀਆਂ ਕਾਫੀ ਮਿਹਨਤ ਕਰ ਰਹੇ ਇਹਨਾਂ ਦੇ ਚੈਨਲ 'ਤੇ ਜਾਓ ਇਹਨਾਂ ਦੇ ਚੈਨਲ ਦਾ ਵਿਜ਼ਿਟ ਕਰੋ ਔਰ ਬੜੀਆਂ ਪਿਆਰੀਆਂ ਪਿਆਰੀਆਂ ਅਸੀਂ ਆਪ ਇਹਨਾਂ ਦੇ ਫੈਨ ਹਾਂ ਇਹ ਸਾਡੇ ਫੈਨ ਹੈ ਇਹ ਜਿਸ ਤਰ੍ਹਾਂ ਇਹਨਾਂ ਨੂੰ ਸਪੋਰਟ ਕਰ ਸਾਨੂੰ ਸਪੋਰਟ ਕਰਨ ਦਿਓ ਇਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਸਪੋਰਟ ਕਰਨੀ ਹੈ ਰਮਜ਼ਾਨ ਫੈਮਿਲੀ ਰਮਜ਼ਾਨ ਫੈਮਿਲੀ ਤਾਂ ਮਿਹਰਬਾਨੀ ਕਰਕੇ ਜਿਸ ਤਰੀਕੇ ਜੋ ਸਾਡੀ ਆਡੀਅੰਸ ਇਹ ਬਾਈ ਦੇ ਚੈਨਲ ਤੇ ਆਈਏ ਤੁਸੀਂ ਇਹਨਾਂ ਦੀ ਸਪੋਰਟ ਕਰੋ ਔਰ ਖਾਣਾ ਖਾਵਣ ਤੋਂ ਬਾਅਦ ਅਸੀਂ ਜਿਹੜਾ ਹੋ ਚੁੱਕੇ ਹਾਂ ਵਿਹਲੇ ਕਾਫੀ ਗੱਪਾਂ ਵਗੈਰਾ ਹੀ ਲਾਈਆਂ ਤੇ ਮਹਿਮਾਨਾਂ ਨੂੰ ਅਸੀਂ ਆਖਿਆ ਤੁਸੀਂ ਅੱਜ ਦੇ ਦਿਨ ਇੱਥੇ ਰੈਸਟ ਕਰੋ ਮਹਿਮਾਨ ਆਉਂਦੇ ਨੇ ਜੋ ਸਾਡੇ ਘਰ 'ਚ ਮਰੀਜ਼ ਹਨ ਅਸੀਂ ਨਹੀਂ ਰਹਿ ਸਕਦੇ ਅਸੀਂ ਵਾਪਸੀ ਘਰ ਜਾਵਣਾ ਸਾਡੇ ਦਿਲ ਦੀ ਖੁਆਇਸ਼ ਆਈ ਮਾਸ਼ਾਅੱਲਾ ਅੱਜ ਪੂਰੀ ਹੋ ਗਈ ਹੈ ਤਾਂ ਮੈਂ ਬੱਗੀ ਬਾਈ ਦਾ ਵੀ ਤਹਿ ਦਿਲ ਸ਼ੁਕਰੀਆ ਅਦਾ ਕਰਨਾ ਟਾਈਮ ਦਿੱਤਾ ਔਰ ਸਾਡੇ ਨਾਲ ਬੈਠੇ ਉੱਠੇ ਗੱਪ ਸ਼ੱਪ ਲਾਈਏ ਮਾਸ਼ਾਅੱਲਾ ਬਹੁਤ ਮੁਖਲਿਸ ਇਨਸਾਨ ਹੈ ਅਸੀਂ ਤਾਂ ਆਉਂਦੇ ਸੀ ਵੀ ਸਾਡੇ ਕੋਲ ਰਾਤ ਰਹੋ ਅੱਜ ਪੂਰੀ ਦਿਹਾੜੀ 'ਚ ਆਏ ਵੀ ਹਨ ਅਤੇ ਔਰ ਵਾਪਸੀ ਜਾ ਵੀ ਰਹਿਣ ਵੀ ਸਾਡਾ ਪਿੱਛੋਂ ਘਰੋਂ ਨਹੀਂ ਸੜਦਾ ਅਤੇ ਮੇਰੇ ਵਾਰ ਇਸ ਕਰੇ ਨੇ ਥਾਈ ਐਂਡ ਮੇਰੇ ਟਿਕਟੋਕ ਦੀ ਆਈ ਡੀ ਨੂੰ ਸਪੋਰਟ ਕੀਤੀ ਕਰੋ ਬੱਗੀ ਕੀ ਵਿਲੇ ਲਾਈਫ ਲਾਈਵ ਜ਼ਰੂਰ ਕੀਤਾ ਕਰੋ ਰਮਜ਼ਾਨ ਫੈਮਿਲੀ ਟਿਕਟੋਕ ਵੀ ਇਹਨਾਂ ਦੀ ਟਿਕਟੋਕ ਦੀ ਆਈ ਡੀ ਦਾ ਨਾਂ ਹੈ ਅਤੇ ਮੇਰੇ ਵਾਰ ਇਹਨਾਂ ਨੂੰ ਤੁਸੀਂ ਟਿਕਟੋਕ ਦੀ ਆਈ ਡੀ ਨੂੰ ਤੁਸੀਂ ਫੁੱਲ ਸਪੋਰਟ ਕਰਨੀ ਸੁਬਹ ਨੈਕਸਟ ਮਿਲਸਾਂ ਅੱਲਾ ਹਾਫਿਜ਼